ਅਸਲ ਵਿੱਚ ਅਸੀਂ ਸਮੁੰਦਰ ਦੇ ਵਿੱਚ ਹੀ ਖੜ੍ਹੇ ਹਾਂ। ਦੇਖੋ ਲਿਖਿਆ ਹੋਇਆ ਕਿ ਧਨੁਸ਼ਕੋਡੀ ਰਾਮ ਟੈਂਪਲ। ਆਹ ਜਿਹੜਾ ਟਰੈਕ ਹੈ ਇਹਦੇ ਵਿੱਚ ਅਜੇ ਵੀ ਉਹ ਲੋਹੇ ਦੇ ਥਾਂ ਜੇ ਹੈਗੇ ਆ। 7 ਮੀਟਰ ਵੇਵਸ ਆਈਆਂ ਸੀ, 250 ਕਿਲੋਮੀਟਰ ਤੋਂ ਉੱਪਰ ਵਾਲੀ ਜਿਹੜੀ ਸਪੀਡ ਦੇ ਨਾਲ ਇਹ ਤੂਫਾਨ ਆਇਆ ਸੀ। ਉਸ ਵੇਲੇ ਇਹਨੂੰ ਕਈ ਮਿੰਨੀ ਸਿੰਗਾਪੁਰ ਵੀ ਕਹਿੰਦੇ ਸੀ, ਇੰਨੀ ਇੱਥੇ ਰੌਣਕ ਹੁੰਦੀ ਸੀ, ਇੰਨੇ ਲੋਕ ਆਉਂਦੇ ਸੀ। ਹੁਣ ਆਹ ਵੇਖੋ ਦੁਨੀਆ ਇੱਥੇ ਸਾਰੀ ਹੈ, ਐਂਡ ਪੁਆਇੰਟ ਆਫ ਇੰਡੀਆ ਵੇਖਣ ਆਉਂਦੀ ਹੈ। ਰਮੇਸ਼ਵਰਮ ਤੋਂ ਅਸੀਂ ਤਕਰੀਬਨ 20 ਕਿਲੋਮੀਟਰ ਅੱਗੇ ਹਾਂ ਜੀ। ਇਹਨੂੰ ਕਹਿੰਦੇ ਸੀ ਧਨੁਸ਼ਕੋਡੀ, ਇੱਕ ਪਿੰਡ ਸੀ ਇੱਥੇ। ਦੱਸਿਆ ਜਾਂਦਾ ਧਨੁਸ਼ ਦਾ ਕਮਾਨ, ਤੀਰ ਕਮਾਨ ਵਾਲਾ। ਕਹਿੰਦੇ ਸ਼੍ਰੀ ਰਾਮ ਚੰਦਰ ਜੀ ਜਦੋਂ ਵਾਪਸ ਆਏ ਸੀ ਲੰਕਾ ਤੋਂ, ਉਹਨਾਂ ਨੇ ਆਪਣਾ ਇੱਥੇ ਧਨੁਸ਼ ਤੋੜ ਦਿੱਤਾ ਸੀ। ਇਹ ਪਿੰਡ ਵੱਸਦਾ ਸੀ। 1964 ਦੇ ਵਿੱਚ ਇੱਕ ਰਾਤ ਦੇ ਵਿੱਚ ਇਹ ਸਾਰਾ ਤਬਾਹ ਹੋ ਗਿਆ। ਪੂਰੀ ਗੱਲ ਕਰਦੇ ਨਾਲੇ ਤੁਹਾਨੂੰ ਇਹਦੀ ਤਬਾਹੀ ਦਿਖਾਉਂਦੇ ਹਾਂ। ਉਸ ਵੇਲੇ ਇਹਨੂੰ ਕਈ ਮਿੰਨੀ ਸਿੰਗਾਪੁਰ ਵੀ ਕਹਿੰਦੇ ਸੀ, ਇੰਨੀ ਇੱਥੇ ਰੌਣਕ ਹੁੰਦੀ ਸੀ, ਇੰਨੇ ਲੋਕ ਆਉਂਦੇ ਸੀ, ਟ੍ਰੇਨ ਵੀ ਇੱਥੇ ਆਉਂਦੀ ਸੀ। ਆਹ ਸਾਰਾ ਕੁਝ ਦਿਖਾਉਂਦੇ ਹਾਂ। ਉੱਧਰ ਮੇਨ ਰਸਤਾ, ਉੱਧਰ ਆਪਾਂ ਬਾਅਦ 'ਚ ਜਾਂਦੇ ਹਾਂ। ਆਹ ਵੇਖੋ ਜੰਗਲ 'ਚ ਪਸ਼ੂ ਚੱਲ ਰਹੇ ਨਾਲ ਨਾਲ। ਹੁਣੇ ਇੱਥੇ ਮੋਰ ਸੀਗਾ, ਉਹ ਸਾਹਮਣੇ ਦਿਖਾਈ ਵੀ ਦੇ ਰਿਹਾ। ਇਹ ਮੋਰ ਪਹਿਲਾਂ ਪਾ ਰਿਹਾ ਸੀ, ਪਹਿਲਾਂ ਮੋਰ ਵੇਖੇ ਤਾਂ ਬਹੁਤ ਆ, ਪਰ ਅੱਜ ਪੈਲ ਪਾਉਂਦਾ ਸੀ ਵੇਖਿਆ। ਤਕਰੀਬਨ ਇਹ 4-5 ਮਿੰਟ ਤੱਕ ਪੈਲ ਪਾਉਂਦਾ ਰਿਹਾ। ਮੈਨੂੰ ਲੱਗਦਾ ਸੀ ਸ਼ਾਇਦ ਕੋਈ 10-20-30 ਸਕਿੰਟ ਵਾਸਤੇ ਪੈਲ ਪਾਉਂਦੇ ਹੋਣਗੇ। ਅਤੇ ਇੱਧਰ ਹੁਣ ਆਪਾਂ ਚੱਲੇ ਹਾਂ ਜਿੱਥੇ ਉਜਾੜਾ ਹੋਇਆ ਸੀਗਾ। ਅੱਗੇ ਟ੍ਰੇਨ ਸਟੇਸ਼ਨ ਵੀ ਆ, ਚਰਚ ਵੀ ਆ, ਹੋਰ ਵੀ ਕਾਫੀ ਕੁਛ ਆ ਜਿਹੜਾ ਆਪਾਂ ਦੇਖਣਾ। ਫਿਰ ਇਹ ਰਸਤਾ ਅੱਗੇ ਜਾਂਦਾ ਜਿੱਥੇ ਖਤਮ ਹੋ ਜਾਂਦਾ ਇੰਡੀਆ, ਜਿੱਥੇ ਸ਼੍ਰੀਲੰਕਾ ਸਿਰਫ 15 ਕਿਲੋਮੀਟਰ ਰਹਿ ਜਾਂਦਾ, ਉੱਥੇ ਵੀ ਜਾਣਾ ਆਪਾਂ। ਚਲੋ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟ੍ਰੇਨ ਲਾਈਨ ਦੀ ਇੱਕ ਨਿਸ਼ਾਨੀ ਆ ਵੀ ਹੈਗੀ ਇੱਥੇ। ਆਹ ਵੇਖੋ ਆਹ ਥਾਵਾਂ ਵਿੱਚ ਲੋਹੇ ਲੱਗੇ ਹੋਏ ਜਿੱਥੇ ਟ੍ਰੇਨ ਸੀਗੀ। ਇੱਕ ਲੋਹਾ ਆਹ ਲੱਗਾ ਹੈ, ਆਹ ਵੀ ਲੱਗਾ ਹੈ, ਇੱਧਰ ਵੀ ਲੱਗਾ। ਆਹ ਜਿਹੜੇ ਟ੍ਰੇਨ ਲਾਈਨ ਦੀ ਹੁੰਦੀ ਹੈ, ਇੱਧਰੋਂ ਸਿੱਧੀ ਟ੍ਰੇਨ ਆਉਂਦੀ ਸੀ ਰਮੇਸ਼ਵਰਮ ਵੱਲੋਂ। ਦੇਖੋ ਲਿਖਿਆ ਹੋਇਆ ਕਿ ਧਨੁਸ਼ਕੋਡੀ ਰਾਮ ਟੈਂਪਲ 1964 ਤੋਂ ਪਹਿਲਾਂ ਇੱਥੇ ਸੀਗਾ। ਆਹ ਵੀ ਛੱਤਾਂ ਉੱਡ ਗਈਆਂ, ਖਤਮ ਹੋ ਗਿਆ। ਆਹ ਪੁਲ ਬਣਾਉਣ ਦੀ, ਜਿਹਨੂੰ ਰਾਮ ਸੇਤੂ ਕਹਿੰਦੇ ਆ, ਬਣਾਉਣ ਦੀ ਸਾਰੀ ਤਸਵੀਰ ਦੱਸੀ ਹੋਈ ਹੈ। ਇਹ 7 ਮੀਟਰ ਉੱਚੀ ਵੇਵ ਆਈ ਸੀਗੀ ਜੀ। ਅਸਲ ਦੇ ਵਿੱਚ ਤਾਂ ਇਹਨੂੰ ਸਰਕਾਰ ਨੇ ਕਹਿ ਦਿੱਤਾ ਕਿ ਰਹਿਣ ਦੇ ਲਾਇਕ ਨਹੀਂ ਹੈ ਪਿੰਡ, ਪਰ ਲੋਕਾਂ ਨੇ ਹੁਣ ਆਈ ਥਿੰਕ ਇਲੀਗਲ ਆਪਣੀ ਮਜਬੂਰੀਆਂ ਨੂੰ ਲੋਕਾਂ ਵਿਚਾਰਿਆਂ ਨੇ ਘਰ ਫਿਰ ਬਣਾ ਲਏ ਹੋਣੇ ਆ। ਇੱਧਰ ਨੂੰ ਚੱਲੀਏ ਅਤੇ ਜੇ ਦੂਰ ਤੱਕ ਦੇਖੀਏ, ਸਭ ਆ ਖਾਲੀ ਵੀਰਾਨ ਪਈਆਂ ਬਿਲਡਿੰਗਾਂ। 7 ਮੀਟਰ ਵੇਵਸ ਆਈਆਂ ਸੀ, 250 ਕਿਲੋਮੀਟਰ ਤੋਂ ਉੱਪਰ ਵਾਲੀ ਜਿਹੜੀ ਸਪੀਡ ਦੇ ਨਾਲ ਇਹ ਤੂਫਾਨ ਆਇਆ ਸੀ। ਇਸ ਤੂਫਾਨ ਦਾ ਨਾਮ ਵੀ ਰਮੇਸ਼ਵਰਮ ਸਾਈਕਲੋਨ ਰੱਖਿਆ ਗਿਆ ਸੀਗਾ। ਔਰ 1964 ਵਿੱਚ ਸਭ ਕੁਛ ਉਜਾੜ ਕੇ ਚੱਲਿਆ ਗਿਆ ਸੀ। ਇੱਕੋ ਰਾਤ ਦੇ ਵਿੱਚ 1500 ਬੰਦਾ ਜਿਹੜਾ ਇੱਥੇ ਮਰ ਗਿਆ ਸੀਗਾ। ਹੁਣ ਤਾਂ ਛੋਟੀਆਂ ਛੋਟੀਆਂ ਝੋਪੜੀਆਂ ਬਣੀਆਂ ਹਨ, ਪਰ ਅਸਲੀਅਤ ਇਹ ਹੈ ਕਿ ਜਦੋਂ ਤੂਫਾਨ ਨੇ ਇੰਨੀ ਤਬਾਹੀ ਮਚਾਈ ਕਿ ਉਸ ਤੋਂ ਬਾਅਦ 'ਚ ਸਰਕਾਰ ਨੇ ਕਹਿ ਦਿੱਤਾ ਕਿ ਇਹ ਵੱਸੋਂ ਦੇ ਲਾਇਕ ਥਾਂ ਨਹੀਂ ਹੈ, ਅਤੇ ਉਸ ਤੋਂ ਬਾਅਦ 'ਚ ਇੱਥੇ ਬਿਲਕੁਲ ਵੱਸੋਂ ਹੀ ਖਤਮ ਹੋ ਗਈ। ਉਹ ਜਿਹੜੀਆਂ ਉੱਚੀਆਂ ਬਿਲਡਿੰਗਾਂ ਤੁਸੀਂ ਦੇਖ ਰਹੇ ਹੈ, ਇਹ ਸ਼ਾਇਦ ਟ੍ਰੇਨ ਸਟੇਸ਼ਨ ਦੀਆਂ ਸੀਗੀਆਂ। ਆਪਾਂ ਲਾਗੇ ਜਾ ਕੇ ਦੇਖਦੇ ਹਾਂ। ਆਹੀ ਮੈਨੂੰ ਲੱਗਦਾ ਲਾਈਨ ਸੀ ਟ੍ਰੇਨ ਦੀ, ਛੋਟੀ ਜਿਹੜੀ ਜਿਹਨੂੰ ਸਮਾਲ ਗੌਜ ਟ੍ਰੇਨ ਕਹਿੰਦੇ ਨਾ, ਜਿਹੜੀ ਜ਼ਿਆਦਾ ਚੌੜੀ ਨਾ ਹੋਵੇ, ਸ਼ਾਇਦ ਉਹਦਾ। ਪਰ ਇਹ ਤਾਂ ਕੰਧਾਂ ਜਿਹੀਆਂ ਲੱਗਣ ਦਈਆਂ। ਜੇ ਤਾਂ ਲੋਹਾ ਲੱਭੇ ਇਹਨਾਂ ਦੇ ਵਿੱਚ, ਹੈ ਜੀ ਲੋਹਾ, ਕਿਤੇ ਕਿਤੇ ਹੈਗਾ ਲੋਹਾ। ਆਹ ਸ਼ਾਇਦ ਆਹ ਵੇਖੋ ਕੰਧਾਂ ਜਿਹੜੀਆਂ ਖੜ੍ਹੀਆਂ, ਇਹਨਾਂ ਦੇ ਉੱਤੇ ਛੱਤਾਂ ਹੋਣਗੀਆਂ। ਹੁਣ 2-3 ਮੰਜ਼ਲਾਂ ਤੱਕ ਉੱਚੀ ਤਾਂ ਇਹੀ ਕੰਧ ਹੈ ਜਿਹੜੀ ਖਤਮ ਹੋ ਗਈ। ਇੱਥੇ ਸ਼ਾਇਦ ਦਰਵਾਜ਼ਾ ਹੋਏਗਾ ਟ੍ਰੇਨ ਸਟੇਸ਼ਨ ਦਾ ਹੀ। ਆਹ ਜਿਹੜਾ ਟਰੈਕ ਹੈ ਇਹਦੇ ਵਿੱਚ ਅਜੇ ਵੀ ਉਹ ਲੋਹੇ ਦੇ ਥਾਂ ਜੇ ਹੈਗੇ ਆ। ਬੋਰਡ ਲੱਗਾ ਜੀ ਧਨੁਸ਼ਕੋਡੀ ਹਿਸਟਰੀ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਦਾ ਇਤਿਹਾਸ। ਆਹ ਦੇਖੋ ਸਾਈਕਲੋਨ 1964 ਡਿਸਟਰਾਏ ਕਰਤਾ ਸਾਰਾ ਕੁਛ। ਟ੍ਰੇਨ ਵੀ ਕਹਿੰਦੇ ਹੋ ਗਈ, ਉਹ ਉਲਟੀ ਪਈ ਇੱਥੇ ਸਮੁੰਦਰ ਦੇ ਵਿੱਚ ਟ੍ਰੇਨ, ਇੱਥੋਂ ਲਾਈਨ ਖਤਮ ਹੋ ਗਈ। ਆਹ ਦੇਖੋ ਲਾਈਨ ਖਤਮ ਹੋ ਗਈ ਸਾਰਾ। ਆਹ ਇਹਦਾ ਨਕਸ਼ਾ ਜੀ ਰਮੇਸ਼ਵਰਮ, ਅਤੇ ਉਹ ਸਾਰੇ ਤਬਾਹ ਹੋ ਗਏ ਸੀਗੇ। ਆ ਗੋਰਿਆਂ ਦੇ ਟਾਈਮ ਦੇ ਵਿੱਚ ਕਿੰਨਾ ਵਧੀਆ ਵੱਸਦਾ ਸੀ, ਔਰ ਗੋਰਿਆਂ ਦੇ ਟਾਈਮ ਦੇ ਵਿੱਚ ਵੇਖੋ ਟ੍ਰੇਨ ਇੱਥੇ ਕਿ ਵਧੀਆ ਆਉਂਦੀ ਸੀ, ਔਰ ਇੱਥੋਂ ਫੈਰੀ ਇੱਕ ਬੋਟ ਵੀ ਜਿਹੜੀ ਸ਼੍ਰੀਲੰਕਾ ਨੂੰ ਜਾਂਦੀ ਸੀ ਦੱਸਦੇ ਅੱਗੋਂ। ਸੋ ਭਾਵੇਂ ਕਿ ਰਹਿਣ ਦੇ ਲਾਇਕ ਨਹੀਂ, ਪਰ ਹੁਣ ਬਹੁਤ ਵੱਸਿਆ, ਦੁਕਾਨਾਂ ਦੋਵੇਂ ਪਾਸੇ ਖੁੱਲ੍ਹੀਆਂ, ਕਿਉਂਕਿ ਸਾਰੀ ਦਿਹਾੜੀ ਟੂਰਿਸਟ ਇੱਥੇ ਬਹੁਤ ਆਉਂਦਾ ਹੈ। ਅਤੇ ਸਾਹਮਣੇ ਜਿਹੜਾ ਟਾਵਰ ਲੱਗਾ ਹੈ, ਉਹ ਆਮ ਸ਼ੋਰ ਕਿ ਜਿਹੜਾ ਬਾਰਡਰ ਨੂੰ ਸਰਵੇਲੈਂਸ ਵਾਸਤੇ ਲੱਗਾ ਹੋਣਾ ਉੱਥੇ,
क्योंकि गांह फिर थोड़ा ही रोड अगे जाना है जिथे आप खीर तक जावे तो उतों फिर खत्म हो जाता है इंडिया। आ चर्च का बोर्ड लगा हुआ है जी, वेखो कि वसदा ही इतने मेडिकल कॉलेज सीगा जी, रेलवे वाटर टैंक, ओल्ड रेलवे स्टेशन, ओल्ड स्कूल एंड टैंपल, आ चर्च सीगा जिन्हों हुणे असीं वेखण चले हैं। आ उत्थे असीं वीडियो बनाउणी भुल गए, उत्थे गोडाउन जे बने हुए सीगे, ओ लोक जिन्हां दे बहुत सारे परिवारां दे जी इस हादसे च मर गए, बाद विच हौली हौली उन्हां दा छड्डण नूं ते इत्थे दिल ना कीता पर सरकारां ने कह दिता कि इत्थे नहीं रह सकदे, पत्थर दिल ते रख के इत्थों चले तां गए, फिर हौली हौली फिर भी अपनियां दुकानां होर तरह के कारोबार ला ले। अज टूरिस्ट इत्थे बहुत आउंदे हन जिन्हां दे सहारे इन्हां लोकां दा गुजारा चलदा है। दुनिया च चर्च बड़े, लोगों के घर भी वसते हैं उजड़ जाते हैं, कई बार देखना चाहता रब के घर भी वसते हैं तो उजड़ जाते हैं, कई बार मनुख कर देंगे हैं तो कई बार कुदरत। आ देखो हुण की हाल हो गया, उत्ते इत्थे जिवें हो सकता उदों जीसस क्राइस्ट जी की फोटो लगी होंगी होते कड़ियाल उत्ते लगा हो चर्च सीगा जिहदियां हुण सिर्फ कंधां ही रह गईयां, अगले पासे वाली फ्रंट की कंध है विच, अज साइड वाली कंध है तो इधरों तो सारी तबाह हो गई हौली हौली समा पा के डिगी। आ पिछे जिथे असल दे विच मूर्ति लगी हुंदी है जीसस क्राइस्ट जी दी, वाहेगुरु 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 वाहेगुरु। आ देखो घर के घर जिथे मेडिकल कॉलेज बने, सोचो किड्डा वड्डा शहर होएगा पिंड होएगा, आ सारिया नीह ओ छत्तां कंधां दूर तक सोहनिया सोहनिया बिल्डिंगा, ओ वेखो सब दूर तक, आ हुण अगे समुंदर आ गया, असल में अं समुंदर दे विच ही खड़े हाँ, इधर भी आओ वेखो सामने समुंदर आ, थोड़ा जिहा इधर वेखो तो जिथे झोंपड़ियाँ इतों की रस्ता निकलता है तो वो अगे जिहड़े कोकोनट के दरख्त दिखाई दे रहे हैं उन्हां तो पिछे फिर समुंदर, ये समुंदर के विचों विच ही रस्ता जा रहा अगे। आ भी वेखो ओल्ड पोस्ट ऑफिस, इतने पोस्ट ऑफिस भी सी, आ तो चर्च आप हमने वेख लिया, हाउस एंड टैंपल, मेडिकल कॉलेज, और अगे दूर दिखाई देती सी बिल्डिंग रामार टैंपल, देखो जी रब दे घर। आ फ्लोटिंग स्टोन जी, ये पत्थर होंगे इतने जेडे तरते हैं। आप हूँ समुंदर च ही हाँ जी, इधरों भी समुंदर, आ रस्ता जा रहा श्रीलंका वालों तो इधर भी समुंदर, बस विच रस्ता ही है जी इन्ना की, अगे भीड़ ही भीड़ है, दुनिया सिरे तो कट्ठी हुई तकरीबन अद्धा किलोमीटर जाके सिरा एंड है, उस तो अगे फिर जिहड़ा तुसीं कदी गूगल मैप शायद देखा हो वक्रा एक फ्रेम जो दिखाई दिता किदा राम सेतु जिहड़ा पुल बनाया गया सी श्रीलंका जाने वास्ते, ओदियां निशानियां अज भी हैं पानी के थले, तो बाकी श्रीलंका मैनूं लगता इतों 15-16 किलोमीटर अगे होएगा शायद, किन्नी दुनिया इत्थे आई हुई है, ओ अजे इतों 300 मीटर अगे जिथे जाना आपां, सारी दुनिया लागों लंघ के आपां आ गए अगे सिरे, ओ रस्ते दे विच बनिया एक मोनूमेंट जिहा ते ओ इही सिग्नीफाई करता कि एंड है इत्थे जी, इत्थे आ रोड जिहड़ा गोल घूम जांदा है चौंक जिहा बनिया है, इतों गड्डी घुमाओ तो वापस जाओ, कहिंदे श्रीलंका के वाले कहिंदे अगे नहीं आना इतों मुड़ जाओ भाई, साड़ी भी गड्डी घूमन लगी है। इधर रह गया इंडिया, इत्थे इहदी धरती खत्म हो गई, आ समुंदर ही समुंदर अगे इतों खत्म हो गया, ओ सामने दिखाई दी रेत, जे खड़े हो के वेखी तो रेत तो अगे होर रेत, रेत तो अगे होर रेत, इदा जिमें अगे ना रस्ता चलता, यही रस्ता है जिहड़ा श्रीलंका वालों जाता है, कदे इतों फैरी भी चलती सी, बोट चलती सी इंडिया तो जिहड़ी श्रीलंका जाती सी ब्रिटिश के समय पर, हुण आ वेखो दुनिया इतने सारी है, एंड पॉइंट ऑफ इंडिया वेखण आउंदी है, दुनिया ही दुनिया दुनिया ही दुनिया, शाम पै गई काफ़ी दुनिया वापस चली गई है। आप हुण थोड़ा चिर इस समुंदर के किनारे बैठते हैं, रहरा साहब जी का जाप करते हैं, कदे सतगुरु गुरु नानक देव साहब भी आए थे श्रीलंका तो इसे रस्ते, तो जिहड़ा तनुषकोडी अज पिंड तुहानू दिखाया ना इत्थे कदे गुरद्वारा साहब भी हुंदा सीगा, तो 1964 विच ही जदों सारा पिंड उजड़िया उदों गुरद्वारा साहब जी का भी उस तो बाद नामो निशान खत्म हो गया,
ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਨੁਸ਼ ਕੋਡੀ ਅਤੇ ਆਹ ਰਸਤਾ ਅਤੇ ਆਹ ਸਮੁੰਦਰ ਆਪਾਂ ਇੱਥੇ ਬੈਠ ਕੇ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਹਰ ਕੀਰਤ ਹਮਰੀ ਰਹਿ ਰਾਸ ਕੀਰਤੀ ਕਰਦੇ ਹਾਂ ਤੁਹਾਡੇ ਨਾਲ ਫਤਿਹ ਬੁਲਾਉਂਦੇ ਵੀਡੀਓ ਦੀ ਇੱਥੋਂ ਤੱਕ ਹੀ ਸਾਂਝ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।